ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਦਾ ਪਾਠ ਨੰਬਰ 6 ਆਓ ਰਲ ਮਿਲ ਕੇ ਰੁੱਖ ਲਗਾਈਏ ਇਸ ਪਾਠ ਦੇ ਪਹਿਲਾਂ ਆਪਾਂ ਇਸ ਪਾਠ ਦੀ ਜੋ ਕਵਿਤਾ ਹੈ ਆਓ ਰਲ ਮਿਲ ਕੇ ਰੁੱਖ ਲਗਾਈਏ ਨੂੰ ਪੜਾਂਗੇ ਇਸ ਤੋਂ ਬਾਅਦ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਚਲੋ ਇਸ ਪਾਠ ਨੂੰ ਸ਼ੁਰੂ ਕਰਦੇ ਹਾਂ ਤੇ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਦੇਖਣਾ ਹੈ ਠੀਕ ਹੈ ਤੇ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆਓ ਰਲ ਮਿਲ ਕੇ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਪਜਾਈਏ ਬੱਦ ਤੋਂ ਬੱਦ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਇਨ੍ਹਾਂ ਲਾਈਨਾਂ ਦੇ ਵਿੱਚ ਸਾਨੂੰ ਕਿਹਾ ਗਿਆ ਕਿ ਆਪਾਂ ਨੂੰ ਰਲ ਮਿਲ ਕੇ ਜਿਹੜੇ ਰੁੱਖ ਲਗਾਉਣੇ ਚਾਹੀਦੇ ਨੇ ਤੇ ਜਿਹੜਾ ਪ੍ਰਦੂਸ਼ਣ ਹੈ ਉਸ ਨੂੰ ਦੂਰ ਪਜਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਜਿੱਥੇ ਰੁੱਖ ਜ਼ਿਆਦਾ ਹੁੰਦੇ ਨੇ ਉਹ ਪ੍ਰਦੂਸ਼ਣ ਨੂੰ ਖਤਮ ਕਰ ਦਿੰਦਾ ਹੈ ਬੱਦ ਤੋਂ ਬੱਦ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਸਾਨੂੰ ਜਿਹੜਾ ਪੰਜਾਬ ਹੈ ਸਾਡਾ ਉਸ ਨੂੰ ਹਰਾ ਭਰਾ ਬਣਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲਾ ਪੈਰਾ ਪੜ੍ਹਦੇ ਹਾਂ ਲਾਲਚ ਬਸਨਾ ਵੱਡিয়ে ਰੁੱਖ ਰੁੱਖਾਂ ਤੋਂ ਮਿਲਦੇ ਸੌ ਸੁੱਖ ਸਾਨੂੰ ਲਾਲਚ ਦੇ ਵਿੱਚ ਆ ਕੇ ਲਾਲਚ ਕੀ ਹੁੰਦਾ ਜਿਵੇਂ ਲੱਕੜਾ ਸਾਨੂੰ ਦਰਖਤਾਂ ਤੋਂ ਕੀ ਮਿਲਦਾ ਇੱਕ ਤਾਂ ਲੱਕੜ ਮਿਲਦੀ ਹੈ ਠੀਕ ਹੈ ਹੋਰ ਬਹੁਤ ਕੁਝ ਮਿਲਦਾ ਹੈ ਜਿਵੇਂ ਫਾਲ ਠੀਕ ਹੈ ਸਾਨੂੰ ਰੁੱਖ ਸ਼ਾਂਹ ਦਿੰਦੇ ਨੇ ਹੋਰ ਵੀ ਕਈ ਪ੍ਰਕਾਰ ਦੀਆਂ ਜੜੀਆਂ ਬੁੱਟੀਆਂ ਤੇ ਸਾਨੂੰ ਇਹ ਰੁੱਖ ਨੇ ਜਿਹੜੇ ਲਾਲਚ ਬਸ ਨਹੀਂ ਵਧਣੇ ਚਾਹੀਦੇ ਠੀਕ ਹੈ ਇਸ ਤੋਂ ਬਾਅਦ ਰੁੱਖਾਂ ਤੋਂ ਸਾਨੂੰ ਮਿਲਦੇ ਸੌ ਸੁੱਖ ਇਹਨਾਂ ਤੋਂ ਸਾਨੂੰ ਸੌ ਸੁੱਖ ਮਿਲਦੇ ਨੇ ਚਾਰ ਛਫੇਰੇ ਮਹਿਕਾ ਵੰਡਣ ਇਹਨਾਂ ਦੇ ਨਾਲ ਸਾਂਝਾ ਪਾਈਏ ਆਓ ਰਲ ਮਿਲ ਕੇ ਰੁੱਖ ਲਗਾਈਏ ਇਹ ਸਾਡੇ ਚਾਰ ਛਫੇਰੇ ਜਿਹੜੇ ਮਹਿਕਾ ਮੰਦਦੇ ਨੇ ਕਈ ਤਰ੍ਹਾਂ ਦੇ ਫੁੱਲ ਲੱਗਦੇ ਨੇ ਇਹਨਾਂ ਉੱਪਰ ਠੀਕ ਹੈ ਕਈ ਤਰ੍ਹਾਂ ਦੇ ਫਲ ਲੱਗਦੇ ਨੇ ਮਿੱਠੇ ਮਿੱਠੇ ਇਹਨਾਂ ਦੇ ਨਾਲ ਸਾਨੂੰ ਸਾਂਝ ਪਾ ਕੇ ਰੱਖਣੀ ਚਾਹੀਦੀ ਏ ਤੇ ਰਲ ਮਿਲ ਕੇ ਰੁੱਖ ਲਾਉਣੇ ਚਾਹੀਦੇ ਹਨ ਹੁਣ ਆਪਾਂ ਪੜ੍ਹਦੇ ਆਂ ਅਗਲਾ ਪੈਰਾ ਇੱਕ ਵੱਡ ਤਾਂ ਲਾਓ ਚਾਰ ਇੱਕ ਵੱਡ ਤਾਂ ਲਾਓ ਚਾਰ ਜੇ ਅਸੀਂ ਇੱਕ ਰੁੱਖ ਵੜਦੇ ਆਂ ਠੀਕ ਹੈ ਤਾਂ ਸਾਨੂੰ ਕਿੰਨੇ ਰੁੱਖ ਲਾਉਣੇ ਚਾਹੀਦੇ ਨੇ ਸਾਨੂੰ 4 ਰੁੱਖ ਲਾਉਣੇ ਚਾਹੀਦੇ ਨੇ ਰੁੱਖਾਂ ਬਿਨਾ ਰੁਸ ਰੁਸ ਜਾਏ ਬਹਾਰ ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ ਇਹਨਾਂ ਦੀ ਸਭ ਖੈਰ ਮਨਾਈਏ ਜਿਹੜੇ ਰੁੱਖਾਂ ਨੇ ਉਹਨਾਂ ਦੇ ਨਾਲ ਹੀ ਖੁਸ਼ੀਆਂ ਖੇੜੇ ਨੇ ਆਓ ਰਲ ਮਿਲ ਕੇ ਰੁੱਖ ਲਗਾਈਏ ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ ਜੜੀ ਬੂਟੀਆਂ ਫਲ ਦਿੰਦੇ ਹਨ ਮੀਂਹ ਤੁਪਾ ਝਖੜੋਂ ਕਰਦੇ ਰਾਖੀ ਇਹਨਾਂ ਦੀ ਰਲ ਹੋਂਦ ਬਚਾਈਏ ਆਓ ਰਲ ਮਿਲ ਰੁੱਖ ਲਗਾਈਏ ਰੁੱਖਾਂ ਸਾਨੂੰ ਕੀ ਮਿਲਦਾ ਰੁੱਖਾਂ ਸਾਨੂੰ ਮਿਲਦਾ ਹੈ ਸ਼ੁੱਧ ਹਵਾ ਠੀਕ ਹੈ ਸਾਨੂੰ ਮਿਲਦੀਆਂ ਨੇ ਜੜੀਆਂ ਬੂਟੀਆਂ ਰੁੱਖਾਂ ਤੋਂ ਸਾਨੂੰ ਫਲ ਮਿਲਦੇ ਨੇ ਠੀਕ ਹੈ ਰੁੱਖ ਸਾਨੂੰ ਮੀਂਹ ਧੁੱਪ ਇਹਨਾਂ ਨੂੰ ਦੁਬਾਰਾ ਕਰਦੇ ਆ ਸਾਨੂੰ ਮੀਂਹ ਮਿਲਦਾ ਧੁੱਪ ਮਿਲਦੀ ਹੈ ਛਕਣਾ ਤੋਂ ਰਾਖੀ ਕਰਦੇ ਨੇ ਠੀਕ ਹੈ ਸਾਰਾ ਆਜੂਗਾ ਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਇਹਨਾਂ ਤੋਂ ਮਿਲਦੀਆਂ ਨੇ ਇਸ ਤੋਂ ਬਾਅਦ ਆਪਾਂ ਅਗਲਾ ਪੈਰਾ ਪੜ੍ਹਦੇ ਹਾਂ ਰੁੱਖ ਹਨ ਰੁੱਖਾਂ ਹਨ ਠੰਡੀਆਂ ਸ਼ਾਮਾਂ ਦਿੰਦੇ ਕੀ ਦਿੰਦੇ ਨੇ ਸਾਨੂੰ ਠੰਡੀਆਂ ਸ਼ਾਮਾਂ ਰੁੱਖ ਸਾਨੂੰ ਠੰਡੀਆਂ ਸ਼ਾਮਾਂ ਦਿੰਦੇ ਹਨ ਪੂਖ ਹੋਰ ਹੜ ਤੋਂ ਇਹ ਸਾਨੂੰ ਬਚਾਉਂਦੇ ਹਨ ਪੰਛੀਆਂ ਦੇ ਲਈ ਰਹਿਣ ਬਸੇਰਾ ਲੱਕੜ ਕੀਮਤੀ ਇਨ੍ਹਾਂ ਤੋਂ ਪਾਈਏ ਆਹ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਤਾਂ ਸਾਨੂੰ ਇਨ੍ਹਾਂ ਲੈਣਾਂ ਦੇ ਵਿੱਚ ਇਹੀ ਕਿਹਾ ਗਿਆ ਕਿ ਰੁੱਖਾਂ ਸਾਨੂੰ ਲੱਕੜ ਠੀਕ ਹੈ ਪ੍ਰਦੂਸ਼ਣ ਤੋਂ ਬਚਾਉਂਦੇ ਨੇ ਭੂਖੋਰ ਤੋਂ ਬਚਾਉਂਦੇ ਨੇ ਹੜਾਂ ਤੋਂ ਬਚਾਉਂਦੇ ਨੇ ਤੇ ਇਹਨਾਂ ਨੂੰ ਸਾਨੂੰ ਰੁਖ ਲਾਉਣੇ ਚਾਹੀਦੇ ਹਨ ਹੁਣ ਆਪਾਂ ਇਸਦੇ ਪਾਠ ਅਭਿਆਸ ਵੱਲ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸਦੇ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ ਤਾਂ ਕਿ ਜਿਹੜੀ ਸਾਨੂੰ ਸਮਝਣ ਨੂੰ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਸਾਂਝਾਂ ਸਾਂਝਾਂ ਦਾ ਅਰਥ ਹੁੰਦਾ ਹੈ ਹਿੱਸੇਦਾਰੀਆਂ ਬਹਾਰ ਬਹਾਰ ਹੁੰਦੀ ਹੈ ਖੁਸ਼ੀ ਖੈਰ ਖੈਰ ਦਾ ਹੁੰਦਾ ਹੈ ਭਲਾ ਠੀਕ ਹੈ ਖੈਰ ਦਾ ਅਰਥ ਹੁੰਦਾ ਹੈ ਭਲਾ ਇੱਥੇ ਆ ਖੈਰ ਨਹੀਂ ਲਿਖਿਆ ਜਾਏਗਾ ਖੈਰ ਦਾ ਅਰਥ ਹੁੰਦਾ ਹੈ ਪਦਾ ਪੂਖੋਰ ਪੂਖੋਰ ਨੇ ਮਿੱਟੀ ਦਾ ਖੁਰਨਾ ਸ਼ੁੱਧ ਸਾਫ਼ ਚਖੜ ਤੇਜ ਹਵਾਵਾਂ ਹੋਂਦ ਹੋਂਦ ਅਰਥ ਹੁੰਦਾ ਮੌਜੂਦ ਹੋਣਾ ਤੇ ਇਸ ਪਾਠ ਦੇ ਵਿੱਚ ਕੁਝ ਯਾਦ ਰੱਖਣ ਜੋ ਗੱਲਾਂ ਆਈਆਂ ਨੇ ਉਹਨਾਂ ਨੂੰ ਅਸੀਂ ਯਾਦ ਰੱਖਣਾ ਹੈ ਠੀਕ ਹੈ ਸਾਡੇ ਕੋਲ ਪਹਿਲੀ ਗੱਲ ਕੀ ਹੈ ক্রিকেট ਦਾ ਬੱਲਾ ਬਣਾਉਣ ਲਈ ਬਿਲੋ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਕਿਹੜਾ ਦਰਖਤ ਬਿਲੋ ਬੇਸਵਾਲ ਦਾ ਬੱਲਾ ਬਣਾਉਣ ਲਈ ਹਿਕਰੀ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਹਿਕਰੀ ਸੇਬ ਵਿੱਚ 25% ਪਾਣੀ ਹੁੰਦਾ ਹੈ ਇਸ ਕਾਰਨ ਇਹ ਫਲ ਪਾਣੀ ਉੱਤੇ ਤੈਰਦਾ ਰਹਿੰਦਾ ਹੈ ਜੇਕਰ ਤੁਸੀਂ ਸੇਬ ਦੇ ਜਿਹੜਾ ਸੇਬ ਹੁੰਦਾ ਹੈ ਉਸ ਨੂੰ ਪਾਣੀ ਦੇ ਵਿੱਚ ਰੱਖ ਦੋਵੋਗੇ ਜਾਂ ਪਾਣੀ ਦੇ ਵਿੱਚ ਡੇਗ ਦੋਵੋਗੇ ਤਾਂ ਪਾਣੀ ਦੇ ਵਿੱਚ ਤੈਰੇਗਾ। ਬਾਸ ਦਾ ਦਰਖਤ ਇੱਕ ਦਿਨ ਵਿੱਚ 35 ਇੰਚ ਤੱਕ ਵਾਧਾ ਕਰ ਸਕਦਾ ਹੈ। ਜਿਹੜੀ ਉਹਦੀ ਲੰਬਾਈ ਹੈ ਉੱਪਰ ਵੱਲ ਨੂੰ ਉਹ 35 ਇੰਚ ਤੱਕ ਵੱਧ ਸਕਦੀ ਹੈ ਇੱਕ ਦਿਨ ਦੇ ਵਿੱਚ। ਹੁਣ ਆਪਾਂ ਕਰਦੇ ਹਾਂ ਪਾਠ ਅਭਿਆਸ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈਗੇ ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ? ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ ਕਿਸ ਚੀਜ਼ ਨੂੰ ਦੂਰ ਕਰਦੇ ਨੇ ਪ੍ਰਦੂਸ਼ਣ ਨੂੰ ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ ਇਸ ਤੋਂ ਬਾਅਦ ਜੇਕਰ ਸਾਨੂੰ ਇੱਕ ਰੁੱਖ ਵੱਡਣਾ ਪਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਹਦਾ ਉੱਤਰ ਹੈ ਜੇਕਰ ਰੁੱਖ ਵੱਡਣਾ ਪਵੇ ਤਾਂ ਸਾਨੂੰ ਚਾਰ ਰੁੱਖ ਲਾਉਣੇ ਚਾਹੀਦੇ ਹਨ ਇੱਕ ਰੁੱਖ ਵੱਡਣ ਦੀ ਥਾਂ ਤੇ ਸਾਨੂੰ ਕਿੰਨੇ ਰੁੱਖ ਲਾਉਣੇ ਚਾਹੀਦੇ ਨੇ ਚਾਰ ਨੰਬਰ 3 ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ਅਸੀਂ ਹਰ ਥਾਂ ਵੱਧ ਤੋਂ ਵੱਧ ਰੁੱਖ ਲਾ ਕੇ ਪੰਜਾਬ ਨੂੰ ਹਰਾ-ਭਰਾ ਬਣਾ ਸਕਦੇ ਹਾਂ ਨੰਬਰ 4 ਕਵਿਤਾ ਨੂੰ ਲੈ ਵਿੱਚ ਗਾਓ ਇਹ ਜਿਹੜੀ ਇਹ ਕਵਿਤਾ ਹੈ ਉੱਪਰ ਆਪਾਂ ਨੇ ਪੜ੍ਹੀ ਹੈ ਠੀਕ ਹੈ ਉਸ ਨੂੰ ਤੁਸੀਂ ਲੈ ਦੇ ਵਿੱਚ ਗਾਉਣਾ ਹੈ ਇਹ ਕੰਮ ਤੁਸੀਂ ਖੁਦ ਕਰਨਾ ਹੈ ਅੜਾ ਕਵਿਤਾ ਵਿੱਚ ਉਹ ਹਿੰਦ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਸਾਨੂੰ ਇਹ ਪੈਰਾ ਦਿੱਤਾ ਗਿਆ ਇੱਕ ਰੁੱਖ ਬੜਲ ਦਾ ਉ ਤਾਂ ਲਾਓ ਚਾਰ ਇਹਨਾਂ ਦੀ ਰਲਮਿਲ ਹੋਣ ਬਚਾਈਏ ਠੀਕ ਇਹਦੇ ਵਿੱਚੋਂ ਸਾਡੇ ਕੋਲ ਪ੍ਰਸ਼ਨ ਪੁੱਛੇ ਗਏ ਨੇ ਹੁਣ ਆਪਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਕਰਦੇ ਹਾਂ ਸਾਡੇ ਕੋਲ ਪਹਿਲਾ ਪ੍ਰਸ਼ਨ ਹੈਗੇ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ ਰੁੱਖਾਂ ਤੋਂ ਸਾਨੂੰ ਕੀ ਕੁਝ ਮਿਲਦਾ ਹੈ ਰੁੱਖਾਂ ਤੋਂ ਸਾਨੂੰ ਸ਼ੁੱਧ ਹਵਾ ਜੜੀਆਂ ਬੂਟੀਆਂ ਫਲ ਮੀਂਹ ਧੁੱਪ ਛਖਣੋਂ ਰਾਖੀ ਕਰਦੇ ਹਨ ਠੀਕ ਹੈ ਤੇ ਇਹਨਾਂ ਤੋਂ ਸਾਨੂੰ ਲੱਕੜ ਵੀ ਮਿਲਦੀ ਹੈ ਹੋਰ ਬਹੁਤ ਬਹੁਤ ਕੁਝ ਮਿਲਦਾ ਹੈ ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ ਇਹਨਾਂ ਵਿਰੋਧੀ ਸ਼ਬਦਾਂ ਦਾ ਆਪਾਂ ਨੇ ਮਿਲਾਨ ਕਰਨਾ ਹੈ ਹੁਣ ਆਪਾਂ ਦੇਖਦੇ ਹਾਂ ਕਿਹੜਾ ਕਿਸ ਦੇ ਨਾਲ ਮਿਲੇਗਾ ਦੂਰ ਦੂਰ ਦਾ ਵਿਰੋਧੀ ਸ਼ਬਦ ਹੁੰਦਾ ਨੇੜੇ ਠੀਕ ਹੈ ਇਸ ਨੂੰ ਆਪਾਂ ਇਸ ਦੇ ਨਾਲ ਮਿਲਾ ਦਾਂਗੇ ਨੇੜੇ ਨਾਲ ਸੁਖ ਸੁਖ ਦਾ ਉਲਟ ਹੁੰਦਾ ਦੁੱਖ ਵਧਣਾ ਵਧਣਾ ਦਾ ਅਰਥ ਉਲਟ ਹੁੰਦਾ ਲਾਉਣਾ ਠੀਕ ਹੈ ਰੁਸਣਾ ਰੁਸਣਾ ਦਾ ਉਲਟ ਹੁੰਦਾ ਮਨਾਉਣਾ ਸ਼ੁੱਧ ਸ਼ੁੱਧ ਦਾ ਉਲਟ ਹੁੰਦਾ ਅਸ਼ੁੱਧ ਠੀਕ ਹੈ ਬੱਦ ਬੱਦ ਦਾ ਉਲਟ ਹੁੰਦਾ ਵਿੱਚੋਂ ਕੱਟ ਠੀਕ ਹੈ ਤੇ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਹੋਵੇਗਾ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਇਹ ਪਾਠ ਜਿਹੜਾ ਕੰਪਲੀਟ ਹੋ ਗਿਆ ਧੰਨਵਾਦ